ਐਸਜੀਪੀਸੀ ਚੋਣਾਂ ਦੇ ਵਿੱਚ ਖਰੀਦੋ ਫਰੋਖਤ। ਮੇਰੇ ਘਰ ਆ ਕੇ ਕਹਿ ਰਿਹਾ ਵੀ ਜੀ ਵੋਟ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਖਿਲਾਫ ਜਿਹੜੇ ਖੜੇ ਉਹਨਾਂ ਨੂੰ ਪਾਉਣੀ ਆ। ਐਸਜੀਪੀਸੀ ਚੋਣਾਂ ਦੇ ਲਈ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼। 28 ਅਕਤੂਬਰ ਨੂੰ ਚੋਣਾਂ, 2 ਦਿਨ ਪਹਿਲਾਂ ਇਲਜ਼ਾਮ। ਅਕਾਲੀ ਦਲ ਅਤੇ ਬਾਗੀ ਧੜਾ ਫਿਰ ਆਮੋ ਸਾਹਮਣੇ। ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਵੱਡੇ ਇਲਜ਼ਾਮ। ਵਿਰੋਧੀ ਪਾਰਟੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਮੈਂਬਰਾਂ ਨੂੰ ਫੋਨ ਕਰਕੇ ਗੁੰਮਰਾਹ ਕੀਤਾ ਜਾ ਰਿਹਾ, ਸਾਡੇ ਇੱਕ ਮੈਂਬਰ ਨੂੰ ਪੈਸੇ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਆਰਐਸਐਸ, ਬੀਜੇਪੀ, ਆਪ ਅਤੇ ਕਾਂਗਰਸ ਸਾਰੇ ਇਹਨਾਂ ਚੋਣਾਂ ਦੇ ਵਿੱਚ ਮਿਲੇ ਹੋਏ ਨੇ, ਜੋ ਕਿ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਸਾਰੇ ਮਿਲ ਕੇ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਤੇ ਮੈਂ ਬਹੁਤ ਮਤਲਬ ਕਹਿ ਲਓ ਰਿਲਾਇਬਲ ਸੋਰਸ ਨਾਲ ਕਹਿ ਰਿਹਾ, ਇਹ ਇੱਕ ਐਸੀ ਸੰਸਥਾ ਆ, ਪਹਿਲੀ ਗੱਲ ਤਾਂ ਕੋਈ ਮੈਂਬਰ ਲੱਗ ਕੇ ਨਹੀਂ ਆਉਣ ਦਿੰਦਾ, ਖੁਦਾ ਨਾ ਖਾਸਦਾ ਕਿਸੇ ਨੂੰ ਪਰਮੇਸ਼ਰ ਇੱਦਾਂ ਦਾ ਸਮਾਂ ਨਾ ਲਿਆਵੇ, ਫਿਰ ਝੂਠਦਾ ਵੀ ਆ ਬੰਦਾ। ਇਸ ਕਰਕੇ ਤਾਂ ਇਹਨਾਂ ਨੇ ਸੁਧਾਰ ਲਹਿਰ ਨਹੀਂ ਸ਼ੁਰੂ ਕੀਤੀ, ਇਹ ਤਾਂ ਮੈਂ ਕਰਨਾ ਜਿਹੜੇ ਕਹਿੰਦੇ ਆ, ਇਹ ਤਾਂ ਕਰਪਸ਼ਨ ਸ਼ੁਰੂ ਕਰਤੀ ਇਹਨਾਂ ਨੇ। ਇਹ ਲਾਉਂਦੇ ਆ ਰੋਜ਼ ਦੋਸ਼ ਦੂਜਿਆਂ ਦੇ ਉੱਤੇ, ਦੋਸ਼ ਤਾਂ ਹੁਣ ਸਾਹਮਣੇ ਹੀ ਆ ਗਏ ਆ ਵੀ ਕਿੱਥੇ ਕਿੱਥੇ ਕੀ ਕੀ ਕਰਦੇ ਆ। ਮੈਂ ਤਾਂ ਕਹਿੰਦਾ ਕਿਉਂਕਿ ਮੈਂ ਉਹਨਾਂ ਨੂੰ ਹਾਲੇ ਵੀ ਸਨੇਮਰ ਬੇਨਤੀ ਕਰਦਾ, ਛੱਡ ਦਿਓ ਇਹ ਕੰਮ।